ਜਿਵੇਂ ਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਵੱਲੋਂ ਮੇਰੀ ਦਸਤਾਰ ਮੇਰੀ ਸ਼ਾਨ ਮੁਹਿੰਮ ਜਿਹੜੀ ਚਲਾਈ ਜਾ ਰਹੀ ਹੈ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ, ਜਿਹੜੀ ਮੁਹਿੰਮ ਦੇ ਵਿੱਚ ਕਿੰਨੇ ਹੀ ਸੈਂਕੜੇ ਨੌਜਵਾਨਾਂ ਨੇ ਗੁਰੂ ਸਾਹਿਬ ਦੀ ਦਸਤਾਰ ਦੇ ਨਾਲ ਜੁੜੇ ਨੇ, ਆਪਣੀ ਸ਼ਾਨ ਦੇ ਨਾਲ ਜੁੜੇ ਨੇ, ਗੁਰੂ ਸਾਹਿਬ ਦੀ ਬਹੁਤ ਵੱਡੀ ਕਿਰਪਾ ਹੋਈ ਆ। ਸੋ ਜਿੱਥੇ ਉਹ ਮੁਹਿੰਮ ਨੂੰ ਆਪਾਂ ਲਗਾਤਾਰ ਜਾਰੀ ਰੱਖਣਾ, ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਸਮਾਗਮ ਵੱਡੇ ਪੱਧਰ ਤੇ ਕੀਤੇ ਜਾਣਗੇ, ਉਹਦੇ ਨਾਲ ਨਾਲ ਪੰਜਾਬ ਨੂੰ ਹਰਾ ਭਰਾ ਬਣਾਉਣ ਲਈ, ਪੰਜਾਬ ਦੇ ਵਾਤਾਵਰਨ ਨੂੰ ਸਾਂਭ ਸੰਭਾਲ ਲਈ, ਆਪਾਂ ਆਪਣੀ ਇਹ ਸਾਰੇ ਪੰਜਾਬ ਨੂੰ ਖੂਬਸੂਰਤ ਬਣਾਉਣ ਲਈ, ਜੋ ਸਮੇਂ ਦੀ ਲੋੜ ਵੀ ਆ, ਪੰਜਾਬ ਦੇ ਵਿੱਚ ਪਲਾਂਟੇਸ਼ਨ ਦੀ ਮੁਹਿੰਮ ਚਲਾਈਏ, ਗ੍ਰੀਨ ਪੰਜਾਬ ਕਲੀਨ ਪੰਜਾਬ ਦੀ ਮੁਹਿੰਮ ਚਲਾਵਾਂਗੇ। ਜੁਲਾਈ ਤੇ ਅਗਸਤ ਮਹੀਨਾ ਜਿਹੜਾ ਬਹੁਤ ਵਧੀਆ ਬਰਸਾਤਾਂ ਦਾ ਮੌਸਮ ਹੈ, ਜਿਹਦੇ ਵਿੱਚ ਮੈਂ ਸਮਝਦਾ ਕਿ ਬੂਟੇ ਰਾਹ ਜਲਦੀ ਚੱਲਦੇ ਨੇ, ਗਿਣਤੀ ਨਾਲੋਂ ਜਿਹੜੀ ਹੈ ਉਹ ਕੁਆਲਿਟੀ ਤੇ ਜ਼ਿਆਦਾ ਧਿਆਨ ਦੇਣਾ। ਮਤਲਬ ਆਪਾਂ ਗਿਣਤੀ 'ਚ ਨਹੀਂ ਪੈਣਾ ਕਿ ਸਟੇਟਮੈਂਟ ਆਉਣ ਕਿ ਇੰਨੇ 100 ਬੂਟਾ ਲਾਤਾ, ਇੰਨੇ 1000 ਬੂਟਾ ਲਾਤਾ, ਭਾਵਾਂ 500 ਦੀ ਜਗ੍ਹਾ 20 ਬੂਟੇ ਲੱਗਣ, 10 ਬੂਟੇ ਲੱਗਣ, ਪਰ ਉਹਨਾਂ ਦੀ ਦੇਖਭਾਲ ਹੋਵੇ ਅਤੇ ਉਹ ਪੂਰੇ ਕਾਮਯਾਬ ਹੋਣ। ਸੋ ਉਹ ਉਸੇ ਤਰ੍ਹਾਂ ਇਹ ਮੁਹਿੰਮ ਚਲਾਉਣ ਲੱਗਿਆ। ਮੈਂ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਕਰਦਾ, ਖਾਸ ਕਰਕੇ ਸ਼੍ਰੋਮਣੀ ਅਕਾਲੀ ਯੂਥ ਵਿੰਗ ਦੇ ਅਹੁਦੇਦਾਰ ਸਾਹਿਬਾਨਾਂ ਨੂੰ ਬੇਨਤੀ ਕਰਦਾ ਕਿ ਇਹ ਜਿਹੜੀਆਂ ਸਮਾਜ ਭਲਾਈ ਦੇ ਕੰਮ ਨੇ, ਇਹ ਆਪਣੀ ਆਪਣੇ ਪੰਜਾਬ ਨੂੰ ਬਚਾਉਣ ਲਈ ਕੰਮ ਨੇ, ਇਹਨਾਂ 'ਚ ਬਣਦਾ ਯੋਗਦਾਨ ਪਾਈਏ। ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਚਾਹੇ ਕੋਈ ਧਾਰਮਿਕ ਸੰਸਥਾਵਾਂ ਨੇ, ਚਾਹੇ ਕੋਈ ਸਮਾਜਿਕ ਸੰਸਥਾਵਾਂ ਨੇ, ਚਾਹੇ ਕਲੱਬ ਨੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਕਲੱਬ ਨੇ, ਜਾਂ ਕੋਈ ਹੋਰ ਵੀ ਜਿਹੜੀਆਂ ਸਮਾਜ ਭਲਾਈ ਕੰਮ ਕਰਨ ਸੰਸਥਾਵਾਂ ਨੇ, ਚਾਹੇ ਉਹਨਾਂ ਨੂੰ ਵੀ ਨਾਲ ਲਓ ਸਾਰੇ ਆਪਾਂ ਨਾਲ ਮਿਲ ਕੇ, ਕਿਉਂਕਿ ਇਹ ਬਿਨਾਂ ਇਹਦੇ 'ਚ ਰਾਜਨੀਤੀ ਕੋਈ ਨਹੀਂ, ਇਹ ਸੇਵਾ ਭਾਵਨਾ ਨਾਲ ਗੁਰੂ ਸਾਹਿਬ ਬਲ ਤੇ ਬੁੱਧੀ ਤਾਕਤ ਬਖਸ਼ਣ, ਜਿਵੇਂ ਮੇਰੀ ਦਸਤਾਰ ਮੇਰੀ ਸ਼ਾਨ ਸੇਵਾ ਭਾਵਨਾ ਨੂੰ ਲੈ ਕੇ ਜਿਹੜੀ ਆ ਉਹ ਮੁਹਿੰਮ ਚੱਲ ਰਹੀ ਆ, ਨੌਜਵਾਨਾਂ ਨੂੰ ਦਸਤਾਰ ਦੇ ਨਾਲ ਜੁੜਨ ਲਈ, ਉਸੇ ਤਰ੍ਹਾਂ ਇਹ ਪੰਜਾਬ ਨੂੰ ਬਚਾਉਣ ਲਈ ਜਿਹੜੀ ਆ ਇਹ ਮੁਹਿੰਮ ਆਪਾਂ ਚਲਾਈਏ, ਆਪਣਾ ਬਣਦਾ ਸਾਰੇ ਯੋਗਦਾਨ ਪਾਈਏ ਅਤੇ ਪੰਜਾਬ ਨੂੰ ਹਰਿਆ ਭਰਿਆ ਬਣਾਈਏ, ਹੋਰ ਵੀ ਸਮਾਜ ਭਲਾਈ ਦੇ ਕੰਮਾਂ ਵਿੱਚ ਆਪਣਾ ਯੋਗਦਾਨ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਵੱਲੋਂ ਮੇਰੀ ਦਸਤਾਰ ਮੇਰੀ ਸ਼ਾਨ ਮੁਹਿੰਮ ਜਿਹੜੀ ਚਲਾਈ ਜਾ ਰਹੀ ਹੈ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ, ਜਿਹੜੀ ਮੁਹਿੰਮ ਦੇ ਵਿੱਚ ਕਿੰਨੇ ਹੀ ਸੈਂਕੜੇ ਨੌਜਵਾਨਾਂ ਨੇ ਗੁਰੂ ਸਾਹਿਬ ਦੀ ਦਸਤਾਰ ਦੇ ਨਾਲ ਜੁੜੇ ਨੇ, ਆਪਣੀ ਸ਼ਾਨ ਦੇ ਨਾਲ ਜੁੜੇ ਨੇ, ਗੁਰੂ ਸਾਹਿਬ ਦੀ ਬਹੁਤ ਵੱਡੀ ਕਿਰਪਾ ਹੋਈ ਆ। ਸੋ ਜਿੱਥੇ ਉਹ ਮੁਹਿੰਮ ਨੂੰ ਆਪਾਂ ਲਗਾਤਾਰ ਜਾਰੀ ਰੱਖਣਾ, ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਸਮਾਗਮ ਵੱਡੇ ਪੱਧਰ ਤੇ ਕੀਤੇ ਜਾਣਗੇ, ਉਹਦੇ ਨਾਲ ਨਾਲ ਪੰਜਾਬ ਨੂੰ ਹਰਾ ਭਰਾ ਬਣਾਉਣ ਲਈ, ਪੰਜਾਬ ਦੇ ਵਾਤਾਵਰਨ ਨੂੰ ਸਾਂਭ ਸੰਭਾਲ ਲਈ, ਆਪਾਂ ਆਪਣੀ ਇਹ ਸਾਰੇ ਪੰਜਾਬ ਨੂੰ ਖੂਬਸੂਰਤ ਬਣਾਉਣ ਲਈ, ਜੋ ਸਮੇਂ ਦੀ ਲੋੜ ਵੀ ਆ, ਪੰਜਾਬ ਦੇ ਵਿੱਚ ਪਲਾਂਟੇਸ਼ਨ ਦੀ ਮੁਹਿੰਮ ਚਲਾਈਏ, ਗ੍ਰੀਨ ਪੰਜਾਬ ਕਲੀਨ ਪੰਜਾਬ ਦੀ ਮੁਹਿੰਮ ਚਲਾਵਾਂਗੇ। ਜੁਲਾਈ ਤੇ ਅਗਸਤ ਮਹੀਨਾ ਜਿਹੜਾ ਬਹੁਤ ਵਧੀਆ ਬਰਸਾਤਾਂ ਦਾ ਮੌਸਮ ਹੈ, ਜਿਹਦੇ ਵਿੱਚ ਮੈਂ ਸਮਝਦਾ ਕਿ ਬੂਟੇ ਰਾਹ ਜਲਦੀ ਚੱਲਦੇ ਨੇ, ਗਿਣਤੀ ਨਾਲੋਂ ਜਿਹੜੀ ਹੈ ਉਹ ਕੁਆਲਿਟੀ ਤੇ ਜ਼ਿਆਦਾ ਧਿਆਨ ਦੇਣਾ। ਮਤਲਬ ਆਪਾਂ ਗਿਣਤੀ 'ਚ ਨਹੀਂ ਪੈਣਾ ਕਿ ਸਟੇਟਮੈਂਟ ਆਉਣ ਕਿ ਇੰਨੇ 100 ਬੂਟਾ ਲਾਤਾ, ਇੰਨੇ 1000 ਬੂਟਾ ਲਾਤਾ, ਭਾਵਾਂ 500 ਦੀ ਜਗ੍ਹਾ 20 ਬੂਟੇ ਲੱਗਣ, 10 ਬੂਟੇ ਲੱਗਣ, ਪਰ ਉਹਨਾਂ ਦੀ ਦੇਖਭਾਲ ਹੋਵੇ ਅਤੇ ਉਹ ਪੂਰੇ ਕਾਮਯਾਬ ਹੋਣ। ਸੋ ਉਹ ਉਸੇ ਤਰ੍ਹਾਂ ਇਹ ਮੁਹਿੰਮ ਚਲਾਉਣ ਲੱਗਿਆ। ਮੈਂ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਕਰਦਾ, ਖਾਸ ਕਰਕੇ ਸ਼੍ਰੋਮਣੀ ਅਕਾਲੀ ਯੂਥ ਵਿੰਗ ਦੇ ਅਹੁਦੇਦਾਰ ਸਾਹਿਬਾਨਾਂ ਨੂੰ ਬੇਨਤੀ ਕਰਦਾ ਕਿ ਇਹ ਜਿਹੜੀਆਂ ਸਮਾਜ ਭਲਾਈ ਦੇ ਕੰਮ ਨੇ, ਇਹ ਆਪਣੀ ਆਪਣੇ ਪੰਜਾਬ ਨੂੰ ਬਚਾਉਣ ਲਈ ਕੰਮ ਨੇ, ਇਹਨਾਂ 'ਚ ਬਣਦਾ ਯੋਗਦਾਨ ਪਾਈਏ। ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਚਾਹੇ ਕੋਈ ਧਾਰਮਿਕ ਸੰਸਥਾਵਾਂ ਨੇ, ਚਾਹੇ ਕੋਈ ਸਮਾਜਿਕ ਸੰਸਥਾਵਾਂ ਨੇ, ਚਾਹੇ ਕਲੱਬ ਨੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਕਲੱਬ ਨੇ, ਜਾਂ ਕੋਈ ਹੋਰ ਵੀ ਜਿਹੜੀਆਂ ਸਮਾਜ ਭਲਾਈ ਕੰਮ ਕਰਨ ਸੰਸਥਾਵਾਂ ਨੇ, ਚਾਹੇ ਉਹਨਾਂ ਨੂੰ ਵੀ ਨਾਲ ਲਓ ਸਾਰੇ ਆਪਾਂ ਨਾਲ ਮਿਲ ਕੇ, ਕਿਉਂਕਿ ਇਹ ਬਿਨਾਂ ਇਹਦੇ 'ਚ ਰਾਜਨੀਤੀ ਕੋਈ ਨਹੀਂ, ਇਹ ਸੇਵਾ ਭਾਵਨਾ ਨਾਲ ਗੁਰੂ ਸਾਹਿਬ ਬਲ ਤੇ ਬੁੱਧੀ ਤਾਕਤ ਬਖਸ਼ਣ, ਜਿਵੇਂ ਮੇਰੀ ਦਸਤਾਰ ਮੇਰੀ ਸ਼ਾਨ ਸੇਵਾ ਭਾਵਨਾ ਨੂੰ ਲੈ ਕੇ ਜਿਹੜੀ ਆ ਉਹ ਮੁਹਿੰਮ ਚੱਲ ਰਹੀ ਆ।
ਨੌਜਵਾਨਾਂ ਨੂੰ ਦਸਤਾਰ ਦੇ ਨਾਲ ਜੁੜਨ ਲਈ, ਉਸੇ ਤਰ੍ਹਾਂ ਇਹ ਪੰਜਾਬ ਨੂੰ ਬਚਾਉਣ ਲਈ ਜਿਹੜੀ ਹੈ ਇਹ ਮੁਹਿੰਮ ਆਪਾਂ ਚਲਾਈਏ, ਆਪਣਾ ਬਣਦਾ ਸਾਰੇ ਯੋਗਦਾਨ ਪਾਈਏ ਅਤੇ ਪੰਜਾਬ ਨੂੰ ਹਰਿਆ ਭਰਿਆ ਬਣਾਈਏ, ਹੋਰ ਵੀ ਸਮਾਜ ਭਲਾਈ ਦੇ ਕੰਮਾਂ ਵਿੱਚ ਆਪਣਾ ਯੋਗਦਾਨ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।